ਪੈਰੈਂਟਸ ਕਹਿੰਦੇ ਕਿ ਕੋਈ ਗੱਲ ਨਹੀਂ ਮੋਬਾਈਲ ਹੀ ਤਾਂ ਖੇਡ ਰਿਆ ਪਿਆ ਕਿਉਂਕਿ ਅਸੀਂ ਮਾਡਰਨ ਹੋ ਗਏ ਆ ਨਾ ਇਨਫੋਰਮੇਸ਼ਨ ਜ਼ਿਆਦਾ ਦੇਣੀ ਹੈ ਪਰ ਕਿਆ ਅਸੀਂ ਦੇਖਿਆ ਇੱਕ ਏਦਾਂ ਦਾ ਵੀਡੀਓ ਆਇਆ ਸੀਗਾ ਕਿ ਤੁਸੀਂ ਮੋਬਾਈਲ ਜ਼ਿਆਦਾ ਯੂਜ਼ ਕਰਦੇ ਹੋ ਇੱਕ ਬੱਚੇ ਨੂੰ ਪੈਰਲਾਈਸਿਸ ਹੋ ਗਿਆ ਫੇਸ ਪੈਰਲਾਈਸਿਸ ਹੋ ਗਿਆ ਜਿਸ ਬੱਚੇ ਨੇ ਸਿਰਫ ਦਿਮਾਗ ਦੇ ਉੱਤੇ ਆਪਣੇ ਸਿਰਫ ਇੱਕ ਇੱਕ ਹੀ ਪੱਖ ਨੂੰ ਅੱਗੇ ਰੱਖਿਆ ਕਿ ਮੈਂ ਪੜ੍ਹਨਾ ਹੈ ਤੇ ਇੰਟੈਲੀਜੈਂਟ ਦਿਖਣਾ ਹੈ ਆਈਕਿਊ ਤੇ ਵਰਕ ਕੀਤਾ ਈਕਿਊ ਤੇ ਵਰਕ ਕੀਤਾ ਇਮੋਸ਼ਨਲ ਕੋਸ਼ੈਂਟ ਤੇ ਜੀ ਇੰਟੈਲੀਜੈਂਟ ਕੋਸ਼ੈਂਟ ਤੇ ਵਰਕ ਹੋ ਗਿਆ ਪਰ ਇਮੋਸ਼ਨਲ ਕੋਸ਼ੈਂਟ ਹੋਇਆ ਅਸੀਂ ਆਈਕਿਊ ਉੱਤੇ ਜਿਆਦਾ ਫੋਕਸ ਕਰ ਲਿਆ ਪਰ ਇਕਿਊ ਉੱਤੇ ਫੋਕਸ ਹੀ ਨਹੀਂ ਕੀਤਾ ਸਾਡਾ ਜਿਹੜਾ ਸਾਡਾ ਆਪਣੇ ਉੱਪਰ ਕੰਟਰੋਲ ਨਹੀਂ ਗਿਆ ਬਿਕੋਜ਼ ਖਾਣਾ ਜਿਹੜਾ ਸੀਗਾ ਉਹ ਚੇਂਜ ਹੋ ਗਿਆ ਜੇ ਹੈਪੀ ਹਾਰਮੋਨ ਰਿਲੀਜ਼ ਉਹਨੇ ਬੰਦ ਹੋ ਜਾਣ ਤੇ ਉਹਦੇ ਵਿੱਚ ਬੰਦਾ ਹੀ ਕਰਦਾ ਆਪਣੇ ਆਪ ਨੂੰ ਸ਼ਿਫਟ ਕਰਦਾ ਹੈ ਉਸ ਚੀਜ਼ਾਂ ਦੇ ਉੱਤੇ ਆਰਟੀਫੀਸ਼ੀਅਲ ਚੀਜ਼ਾਂ ਦੇ ਕੈਮੀਕਲ ਤੇ ਜਿੱਥੇ ਦੀ ਉਹਨੂੰ ਹੈਪੀਨੈਸ ਮਿਲਣੀ ਸ਼ੁਰੂ ਹੋ ਜਾਂਦੀ ਹੈ ਮੈਂ ਇਹ 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 ਦੇਖਦੀ ਹਾਂ ਕਿ ਜਦ ਅਸੀਂ ਕਹਿੰਦੇ ਹਾਂ ਕਿ ਸੈਲਫ ਕੌਨਫੀਡੈਂਸ ਦ ਵਰਡ ਇਜ਼ 셀ਫ ਕੌਨਫੀਡੈਂਸ ਅਗਰ ਮੈਂ ਕਹਿੰਦੀ ਆ ਤੇ ਉਹ ਇੱਕ ਛੋਟਾ ਜਿਹਾ ਸ਼ਬਦ ਨਹੀਂ ਆ ਉਹਦੇ ਪਿੱਛੇ ਇੱਕ ਪੂਰੀ ਜ਼ਿੰਦਗੀ ਦਾ ਨਿਚੋੜ ਨਿਕਲਦਾ ਕਿ ਕੋਈ ਵੀ ਸਿਚੁਏਸ਼ਨ ਐਕਸ ਆਂਦੀ ਹੈ ਕਿ ਆ ਮੇਰਾ 셀ਫ ਕੌਨਫੀਡੈਂਸ ਬਚਦਾ ਹੈ ਜਾਂ ਉਹਦੇ ਵਿੱਚ ਉਹ ਧਰਸ਼ਾਈ ਹੋ ਜਾਂਦਾ ਜਦ ਤੁਸੀਂ ਆਪਣੇ ਉੱਤੇ ਹੀ ਇਹ ਸੋਚਦੇ ਹੋ ਕਿ ਹੁਣ ਮੈਂ ਕਰ ਹੀ ਨਹੀਂ ਸਕਦਾ ਤੇ ਕਿਆ ਤੁਹਾਨੂੰ ਸਹਾਰਾ ਕੋਈ ਦੇ ਕੇ ਤੁਹਾਨੂੰ ਖੜਾ ਕਰ ਸਕਦਾ ਜਾਂ ਜਾਂ ਫਿਰ ਤੁਸੀਂ ਉਹ 셀ਫ ਕੌਨਫੀਡੈਂਸ ਨੂੰ ਖਤਮ ਹੀ ਕਰ ਦਿੰਦੇ ਹੋ ਇੱਥੇ ਗੱਲ ਆਂਦੀ ਹੈ ਸਕਿੱਲਸ ਦੇ ਉੱਤੇ ਜੀ ਕਿ ਬਚਪਨ ਚ ਕਿਆ ਮੈਂ ਆਪਣੇ ਹਾਰਮੋਨਸ ਨੂੰ ਬੈਲੈਂਸ ਕਰਨਾ ਸਿੱਖ ਲਿਆ ਜੀ ਤੇ ਉਹ ਸਭ ਤੋਂ ਜ਼ਿਆਦਾ ਗੱਲ ਕਰੀਏ ਕਿ ਆ ਬੱਚੇ ਦੀ ਅਸੀਂ ਇਹ ਦੇਖਿਆ ਕਿ ਉਹਨੇ ਜਦ ਸਟੱਡੀ ਕੀਤੀ ਤੇ ਉਹਦੇ ਵਿੱਚ ਉਹਨੇ ਆਪਣੀ ਲਾਈਫ ਦੇ ਰੂਟੀਨ ਨੂੰ ਠੀਕ ਰੱਖਿਆ ਹਾਂ ਥੈਟ ਇੰਪੋਰਟੈਂਟ ਇਜ਼ ਥੈਟ ਕਿ ਉਹ ਕਿਆ ਉਹਨੇ ਆਪਣੇ ਲਾਈਫ ਵਿੱਚ ਆਪਣੀ ਹੈਲਥ ਨੂੰ ਇੰਪੋਰਟੈਂਸ ਦਿੱਤੀ ਜੀ ਜਿਸ ਬੱਚੇ ਨੇ ਸਿਰਫ ਦਿਮਾਗ ਤੇ ਉੱਤੇ ਆਪਣੇ ਸਿਰਫ ਇੱਕ ਇੱਕ ਹੀ ਪੱਖ ਨੂੰ ਅੱਗੇ ਰੱਖਿਆ ਕਿ ਮੈਂ ਪੜਨਾ ਹੈ ਤੇ ਇੰਟੈਲੀਜੈਂਟ ਦਿਖਾਣਾ ਹੈ ਆਈਕਿਊ ਤੇ ਵਰਕ ਕੀਤਾ ਈਕਿਊ ਤੇ ਵਰਕ ਕੀਤਾ ਇਮੋਸ਼ਨਲ ਕੋਸ਼ੈਂਟ ਤੇ ਜੀ ਇੰਟੈਲੀਜੈਂਟ ਕੋਸ਼ੈਂਟ ਤੇ ਵਰਕ ਹੋ ਗਿਆ ਪਰ ਇਮੋਸ਼ਨਲ ਕੋਸ਼ੈਂਟ ਹੋਇਆ ਵਰਕ ਤੇ ਫਿਰ ਹੈਲਥ ਕੌਨਸ਼ੀਅੰਟ ਮਤਲਬ ਤੁਸੀਂ ਹੈਲਦੀ ਹੈਗੇ ਆਂ ਕਿ ਆ ਤੁਸੀਂ ਹੈਲਦੀ ਲਾਈਫ ਸਟਾਈਲ ਜੀ ਰਹੇ ਆਂ ਜੇ ਤੁਸੀਂ ਬੈਲੈਂਸ ਕਰ ਪਾਏ ਆਪਣੇ ਪੂਰੇ ਦਿਨ ਨੂੰ ਇਟ ਮੀਨਸ ਯੂ ਆ ਹਵ ਦਾ ਕੰਫੀਡੈਂਸ ਕਿ ਮੈਂ ਪੂਰੇ ਦਿਨ ਨੂੰ ਆਪਣੇ ਹੈਲਥ ਨੂੰ ਵੀ ਦਊਗਾ ਜੀ ਮੈਂ ਈਮੋਸ਼ਨ ਨੂੰ ਵੀ ਦਊਗਾ ਯਾਨੀ ਈਮੋਸ਼ਨਲ ਇੰਟੈਲੀਜੈਂਸ ਨਾਲ ਵੀ ਉਹਨਾਂ ਨਾਲ ਜੁੜੂੰਗਾ ਮੈਂ ਚੀਜ਼ਾਂ ਨੂੰ ਸਿਚੁਏਸ਼ਨਸ ਨੂੰ ਬੈਲੈਂਸ ਕਰਕੇ ਹੈਂਡਲ ਕਰ ਪਾਵਾਂਗਾ ਬਿਕੋਜ਼ ਇੱਕ ਲਾਈਫ ਕੀ ਹੈ ਬੈਲੈਂਸੀ ਤੇ ਆ ਜੀ ਕੀ ਮੈਂ ਬੈਲੈਂਸ ਮੇਨਟੇਨ ਕਰ ਪਾਇਆ ਅਸੀਂ ਆਈਕਿਊ ਉੱਤੇ ਜ਼ਿਆਦਾ ਫੋਕਸ ਕਰ ਲਿਆ ਪਰ ਈਕਿਊ ਉੱਤੇ ਫੋਕਸ ਹੀ ਨਹੀਂ ਕੀਤਾ ਹਮ ਤੇ ਇਸ ਤੋਂ ਬਾਅਦ ਚੌਥਾ ਇੱਕ ਕੁਐਸਚਨ ਆਂਦਾ ਹੁੰਦਾ ਸਪਿਰਚੁਅਲ ਕੁਐਸਚਨ ਅਸੀਂ ਅਧਿਆਤਮਿਕਤਕ ਦੀ ਗੱਲ ਕੀਤੀ ਕਦੀ ਬੱਚਿਆਂ ਨਾਲ ਜੇ ਅਸੀਂ ਆਪਣੇ ਗੁਰੂਕੂਲ ਦੇ ਸਿਸਟਮ ਚ ਪਹਿਲਾਂ ਵਾਲੇ ਚ ਜਾਈਏ ਤੇ ਉਹਦੇ ਵਿੱਚ ਪਹਿਲਾਂ ਜਿਹੜੀ ਸਟੱਡੀ ਕਰਵਾਈ ਜਾਂਦੀ ਸੀ ਉਹ ਸਾਰੀ ਸਾਰੀ ਚਾਹੀਏ ਜਿਹੜੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਅਸੀਂ ਜੇ ਬੈਠੇ ਤਾਂ ਇੱਥੇ ਵੀ ਮਦਰਸੇ ਗੁਰੂਕੂਲ ਸਾਰੀਆਂ ਚੀਜ਼ਾਂ ਇੱਥੇ ਰਹੀਆਂ ਨੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਪੜਨ ਵਾਲਾ ਜਿਹੜਾ ਉਹ ਬੱਚਿਆਂ ਦਾ ਜਿਹੜਾ ਢਾਂਚਾ ਜਿਹੜਾ ਸ਼ੁਰੂ ਵਾਲਾ ਸੈਟਅਪ ਸੀਗਾ ਉਹ ਰਹੇਗਾ ਉਹਦੇ ਚ ਸਪਿਰਚੁਅਲ ਸਪਿਰਚੁਅਲਟੀ ਸੀਗੀ ਅਧਿਆਤਮਵਾਦ ਨਾਲ ਜੀ ਤੁਸੀਂ ਕਿ ਅਧਿਆਤਮ ਸਾਨੂੰ ਇਹ ਕਹਿੰਦਾ ਹੈ ਕਿ ਹਲੇ ਖਤਮ ਨਹੀਂ ਹੋਇਆ ਹਲੇ ਪਿਆ ਯੂਨੀਵਰਸ ਤੁਹਾਨੂੰ ਦੇਣ ਵਾਸਤੇ ਬੈਠਾ ਹੈ ਤੁਸੀਂ ਆਪਣੀ ਕੋਸ਼ਿਸ਼ ਕਰਨੀ ਹੈ ਇਹਨਾਂ ਦੇ ਟੀਚਰ ਵੀ ਕਿਤੇ ਨਾ ਕਿਤੇ ਚੀਜ਼ਾਂ ਨੂੰ ਸਕਿਪ ਕਰਦੇ ਹੈਗੇ ਨੇ ਜਾਂ ਕਹਿ ਲੋ ਕਿ ਉਹਨਾਂ ਨੂੰ ਇੰਨੀਆਂ ਚੀਜ਼ਾਂ ਦਾ ਪਤਾ ਨਹੀਂ ਹੈ ਉਹਨਾਂ ਨੇ ਵੀ ਇੱਕ ਡਿਗਰੀ ਕੀਤੀ ਹੈ ਪਰ ਅਧਿਆਪਕ ਪ੍ਰਵੇਖ ਸਵਾਰਦੇ ਨੇ ਅਧਿਆਪਕ ਪ੍ਰਵੇਖ ਘਟਦੇ ਨੇ ਬਿਲਕੁਲ ਨਹੀਂ ਕਹਿ ਰਿਹਾ ਤੁਸੀਂ ਵੀ ਇੱਕ ਅਧਿਆਪਕ ਨੂੰ ਮੈਂ ਕਿਸੇ ਅਧਿਆਪਕ ਨੂੰ ਵੈਸੇ ਨਹੀਂ ਬੁਰਾ ਨਹੀਂ ਕਹਿ ਰਿਹਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਹੋ ਸਕਦਾ ਅਧਿਆਪਕਾਂ ਤੇ ਮਾਪਿਆਂ ਦਾ ਪ੍ਰੈਸ਼ਰ ਆ ਗਿਆ ਵੀ ਪਹਿਲਾਂ ਤਾਂ ਇਹ ਹੁੰਦਾ ਸੀ ਪਿੰਡਾਂ 'ਚ ਵੀ ਅਧਿਆਪਕ ਕੁੱਟ ਦਿੰਦੇ ਹੁੰਦੇ ਸੀ ਬੱਚਿਆਂ ਨੂੰ ਬੱਚੇ ਉਹ ਬੱਚੇ ਅੱਜ ਕੱਲ অফিসার ਵੀ ਹੈਗੇ ਨੇ ਜੀ ਜਿਹੜੇ ਅਸੀਂ ਦੇਖਦੇ ਆਂ ਤੇ ਖੈਰ ਉਹ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਟੌਰਚਰ ਜਾਂ ਵਾਇਲੈਂਸ ਦੀ ਗੱਲ ਕਰ ਰਿਹਾ ਪਰ ਇੱਕ ਉਹ ਅਧਿਆਪਕਾਂ ਦਾ ਤਰੀਕਾ ਹੁੰਦਾ ਸੀ ਕਿ ਬਹੁਤ ਸਖਤ ਨੇ ਜੀ ਬੀ ਉਹ ਅਧਿਆਪਕ ਕਰਾਉਂਦੇ ਵੀ ਸਾਰਾ ਕੁਝ ਸੀਗੇ ਬੱਚਿਆਂ ਨੂੰ ਸੋਸ਼ਲ ਤੌਰ ਤੇ ਵੀ ਬੱਚਿਆਂ ਤੋਂ ਕੰਮ ਕਰਾ ਲੈਨੇ ਇਹ ਇਹ ਨਹੀਂ ਹੁੰਦਾ ਸੀ ਕਿ ਵਗਾਰ ਕਰਦੀ ਵੀ ਲੋਕਾਂ ਨੇ ਚਲੋ ਇਹ ਵੀ ਦੇਖਿਆ ਜਾਂਦਾ ਪਰ ਇਹ ਵੀ ਤਾਂ ਦੇਖੋ ਨਾ ਵੀ ਉਹ ਬੱਚਾ ਉੱਥੇ ਲਰਨਿੰਗ ਪ੍ਰੋਸੈਸ ਸੌਦਾ ਲਰਨਿੰਗ ਇਸ ਚੀਜ਼ਾਂ ਕੀ ਕੀ ਹੋ ਰਹੀ ਨੇ ਖੈਰ ਮੈਮ ਤੁਸੀਂ ਕੰਟੀਨਿਊ ਜਰੂਰ ਕਰੋ ਮੈਂ ਇਹ ਕਹਿਣਾ ਚਾਹ ਰਹੀ ਸੀ ਜੇ ਤੁਸੀਂ ਕਹਿ ਰਹੇ ਸੀ ਕਿ ਪਹਿਲਾ ਅਧਿਆਪਕ ਸਖਤ ਸੀਗੇ ਤੇ ਅਗਰ ਤੁਸੀਂ ਉਹਨਾਂ ਦਾ ਅਗਰ ਦੇਖਿਆ ਹੋਵੇ ਕਿ ਉਹ ਕਿੱਦਾਂ ਦੀ ਪਿਨਿਸ਼ਮੈਂਟਸ ਦਿੰਦੇ ਸੀ ਤੇ ਉਹ ਯੋਗਿਕ ਪਿਨਿਸ਼ਮੈਂਟਸ ਹੀ ਹੁੰਦੀਆਂ ਸੀ ਜਿਦਾ ਕੰਨ ਫੜ ਲਿਆ ਹੂੰ ਉਹਦੇ ਨਾਲ ਕੀ ਹੁੰਦਾ ਸੀਗਾ ਜਦ ਅੱਜ ਤੁਸੀਂ ਤੁਹਾਡਾ ਮੈਂਟਲ ਬੈਲੈਂਸ ਵਿਗੜਦਾ ਹੈ ਨਾ ਤੇ ਨਿਊਰॉन्स ਜਿਹੜੀ ਫੰਕਸ਼ਨਿੰਗ ਹੁੰਦੀ ਹੈ ਉਸ ਪਾਸੇ ਚੱਲ ਪੈਂਦੀ ਜਿਹੜਾ ਥੌਟ ਹੁੰਦਾ ਸਾਡਾ ਹੱਥ ਖੜੇ ਕਰਾਉਣ ਵਾਲਾ ਵੀ ਹੱਥ ਖੜਾ ਕਰਾਉਣ ਨਾਲ ਅੱਛਾ ਬੱਚਾ ਜਦ ਸੁਂਦਾ ਹੈ ਛੋਟਾ ਬੱਚਾ ਸੁਂਦਾ ਤੇ ਉਹ ਹੱਥ ਉੱਪਰ ਨੂੰ ਕਰ ਲੈਂਦਾ ਹਾਂਜੀ ਉਹਦੇ ਨਾਲ ਮਾਈਂਡ ਜਿਹੜੀ ਜਿਹੜੀ ਬਲੱਡ ਦਾ ਜਿਹੜਾ ਫਲੋ ਉੱਪਰ ਵੱਲ ਚਲਾ ਜਾਂਦਾ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਿਆ ਨਹੀਂ ਅਸੀਂ ਛੱਡਦੇ ਆਏ ਹਾਂ ਹਾਂ ਇਹ ਛੱਡਦੇ ਆਏ ਆ ਅਸੀਂ ਆਪਣੇ ਸਿਸਟਮ ਦੇ ਵਿੱਚੋਂ ਅਸੀਂ ਉਹ ਜੀਵਨ ਸ਼ੈਲੀ ਨੂੰ ਛੱਡਦੇ ਆਏ ਜਿਨ੍ਹਾਂ ਨੂੰ ਅਸੀਂ ਐਡਾਪਟ ਕਰਕੇ ਆਪਣੇ ਆਪ ਨੂੰ ਰਿਲੈਕਸ ਕਰ ਸਕਦੇ ਸੀ ਔਰ ਇਹਦੇ ਲਈ ਜ਼ਿੰਮੇਵਾਰ ਮੈਨੂੰ ਲੱਗਦਾ ਕਿ ਜਿੰਨੇ ਅਧਿਆਪਕ ਨੇ ਮਾਪੇ ਨੇ ਸਾਰਾ ਜਿਵੇਂ ਉਸ ਤਰੀਕੇ ਦਾ ਹੋ ਗਿਆ ਕਿ ਹੁਣ ਜੇ ਕੋਈ ਅਧਿਆਪਕ ਵੀ ਕਿਸੇ ਬੱਚੇ ਨੂੰ ਕੁਝ ਕਹਿ ਦਿੰਦਾ ਤੇ ਮਾਪੇ ਕੰਪਲੀਟ ਲੈ ਕੇ ਪਹੁੰਚ ਜਾਂਦੇ ਨਹੀਂ ਜੀ ਹਨਾ ਤੇ ਖੈਰ ਅਧਿਆਪਕਾਂ ਦਾ ਮੈਨੂੰ ਅੱਜਕੱਲ ਕੀ ਲੱਗ ਰਿਹਾ ਹੈ ਗੈਪ ਜਿਹੜਾ ਤੁਸੀਂ ਕਮਿਊਨੀਕੇਸ਼ਨ ਗੈਪ ਦੀ ਗੱਲ ਕੀਤੀ ਸੀਗੀ ਉਹ ਹੈ ਨਹੀਂ ਕਮਿਊਨੀਕੇਸ਼ਨ ਹੀ ਹੈ ਤੇ ਫਿਰ ਸਭ ਤੋਂ ਇੰਪੋਰਟੈਂਟ ਚੀਜ਼ ਹੁਣ ਅੱਜ ਦੇ ਟਾਈਮ 'ਚ ਜਿਹੜੀ ਅਸੀਂ ਸਾਨੂੰ ਸਮਝ ਨਹੀਂ ਪੈਗੀ ਉਹ ਇਹ ਹੈ ਕਿਆ ਬੱਚੇ ਦੀ ਹੈਲਥ ਸਹੀ ਹੈ ਜਿਹੜਾ ਅਸੀਂ ਖਾਣਾ ਬੱਚੇ ਨੂੰ ਦੇ ਰਹੇ ਆ ਉਹ ਪੈਸਟੀਸਾਈਡ ਨਾਲ ਲਿੰਕਡ ਹੈ ਬੱਚੇ ਨੂੰ ਅਗਰ ਅੱਜ ਦੇ ਅੱਜਕੱਲ ਦੇ ਬੱਚੇ ਕਰੇ ਜਾਂਦੇ ਆ ਤੇ ਨਾਸ਼ਤਾ ਨਹੀਂ ਕਰਕੇ ਜਾਂਦੇ ਉੱਥੇ ਜਾ ਕੇ ਗਿਰ ਜਾਂਦੇ ਆ ਜੀ ਉਹਨਾਂ ਨੂੰ ਤੁਸੀਂ ਦੇਖੋ ਕਿ ਪੈਰੈਂਟਸ ਕਹਿੰਦੇ ਕਿ ਕੋਈ ਗੱਲ ਨਹੀਂ ਮੋਬਾਈਲ ਦੀ ਤਾਂ ਖੇਡਦਾ ਪਿਆ ਕਿਉਂਕਿ ਅਸੀਂ ਮਾਡਰਨ ਹੋ ਗਏ ਆ ਨਾ ਇਨਫੋਰਮੇਸ਼ਨ ਜ਼ਿਆਦਾ ਦੇਣੀ ਹੈ ਪਰ ਕਿਆ ਅਸੀਂ ਦੇਖਿਆ ਇੱਕ ਇਦਾਂ ਦਾ ਵੀਡੀਓ ਆਇਆ ਸੀਗਾ ਕਿ ਤੁਸੀਂ ਮੋਬਾਈਲ ਜ਼ਿਆਦਾ ਯੂਜ਼ ਕਰਦੇ ਹੋ ਇੱਕ ਬੱਚੇ ਨੂੰ ਪੈਰਲਾਈਸਿਸ ਹੋ ਗਿਆ ਫੇਸ ਪੈਰਲਾਈਸਿਸ ਹੋ ਗਿਆ ਐਕਚੁਅਲੀ ਸਾਡਾ ਜਿਹੜਾ ਸਾਡਾ ਆਪਣੇ ਉੱਪਰ ਕੰਟਰੋਲ ਨਹੀਂ ਰਿਹਾ ਬਿਕੋਜ਼ ਖਾਣਾ ਜਿਹੜਾ ਸੀਗਾ ਉਹ ਚੇਂਜ ਹੋ ਗਿਆ ਲਾਈਫਸਟਾਈਲ ਸਾਡਾ ਚੇਂਜ ਹੋ ਗਿਆ ਬੱਚੇ ਬਾਹਰ ਜਾਂਦੇ ਸੀਗੇ ਖੇਡਦੇ ਸੀਗੇ ਹੱਥੋਂ ਪਾਈ ਹੁੰਦੇ ਸੀਗੇ ਕੌਨਫੀਡੈਂਸ ਆਂਦਾ ਸੀ ਉਹ ਕੱਟ ਗਿਆ ਮਿੱਟੀ ਚ ਜਵਾਕ ਖੇਡਦੇ ਸੀ ਜੀ ਹੁਣ ਤਾਂ ਮਾਪਿਓ ਜੇ ਕੋਈ ਫੋਨ ਚੱਕ ਕੇ ਫੜਾ ਦਿੰਦੇ ਨੇ ਜੇ ਕੋਈ ਬੱਚਾ ਰੋਂਦਾ ਵੀ ਹੈ ਤਾਂ ਫੋਨ ਦੇ ਦਿੰਦੇ ਨੇ ਜੀ ਵਿਰਜੇਗਾ ਪਹਿਲਾਂ ਵਾਲੇ ਜਵਾਕ ਤੇ ਜਿਹੜੀ ਤੁਹਾਡੀ ਜਨਰੇਸ਼ਨ ਹੈ ਜਾਂ ਸਾਡੇ ਤੋਂ ਵੱਡੇ ਨੇ ਜਾਂ ਤੇ ਅਸੀਂ ਵੀ ਸੀਗੇ ਤਾਂ ਮਤਲਬ ਮਿੱਟੀ ਚ ਖੇਡਣਾ ਪਿੰਡ ਚ ਸਾਰੀਆਂ ਚੀਜ਼ਾਂ ਸੀਗੀਆਂ ਸ਼ਹਿਰਾਂ ਚ ਵੀ ਇਸ ਤਰ੍ਹਾਂ ਦੇ ਸੀਗਾ ਕਿ ਸ਼ਹਿਰ ਚ ਵੀ ਬੱਚੇ ਕਿਤੇ ਪਾਰਕ ਚ ਭੱਜ ਗਏ ਹੁਣ ਤਾਂ ਤੁਸੀਂ ਬੱਚੇ ਨੂੰ ਅੰਦਰ ਬਿਠਾਉਂਦੇ ਪਹਿਲਾਂ ਦੇ ਤੁਸੀਂ ਕਦੀ ਸੁਣਿਆ ਸੀ ਬੱਚੇ ਨੂੰ ਡਿਪਰੈਸ਼ਨ ਹੋਇਆ ਬਟ ਹੁਣ ਡਿਪਰੈਸ਼ਨ ਹੋ ਰਿਹਾ ਹਾਰਮੋਨਲ ਇੰਬੈਲੈਂਸ ਹੋ ਗਿਆ ਜੇ ਤੁਸੀਂ ਐਸੀ ਕਹੀਏ ਕਿ ਉਹਨੂੰ ਇੱਕ ਸਟਿਗਮਾ ਵਿੱਚ ਫਸ ਗਿਆ ਬੱਚਾ ਕਿ ਉਹਨੇ ਸੁਸਾਈਡ ਕਰ ਲਈ ਉਹ ਅਟੈਂਟ ਇਸ ਕਰਕੇ ਵੀ ਤੇ ਹੋਇਆ ਕਿਤੇ ਹੋ ਸਕਦਾ ਕਿ ਉਹਦਾ ਵਿਟਾਮਿਨ ਡੀ ਘਟ ਗਿਆ ਹੋਵੇ ਹਾਰਮੋਨਸ ਇੰਬੈਲੈਂਸ ਹੋ ਗਏ ਹੋਣ ਅਸੀਂ ਕਹਿੰਦੇ ਕਿ ਬੱਚੇ ਨਸ਼ੇ 'ਚ ਚਲੇ ਗਏ ਕਿਉਂ ਨਸ਼ੇ 'ਚ ਚਲੇ ਗਏ ਬਿਕੋਜ਼ ਉਹ ਹੈਪੀਨੈਸ ਨੂੰ ਫਾਈਂਡ ਕਰ ਰਹੇ ਸੀਗੇ ਹੈਪੀਨੈਸ ਬਿਲਕੁਲ ਡਰੱਗਸ ਦੇ ਇਸ਼ੂ ਆਲ ਵੀ ਅਸੀਂ ਇਸ ਤਰੀਕੇ ਨਾਲ ਇਸ਼ੂ ਨੂੰ ਇਸ਼ੂ ਵੀ ਚੱਕਾਂਗੇ ਨਾਲ ਦੀ ਨਾਲ ਤਾਂ ਕਿ ਐਡਰੈਸ ਹੁੰਦਾ ਜਾਵੇ ਜਿਹੜੇ ਇਸ ਇਹਨਾਂ ਮਸਲਿਆਂ 'ਚ ਅਸੀਂ ਕੈਰੀਅਰ ਵਾਲੇ ਡਿਪਰੈਸ਼ਨ ਦੀ ਅਸੀਂ ਗੱਲ ਕਰਕੇ ਹਟੇ ਆਂ ਇਹ ਇਹ ਸਾਰੇ ਸਟੂਡੈਂਟਸ ਦੀ ਅਸੀਂ ਗੱਲ ਕਰਕੇ ਹਟਿਆ ਔਰ ਇਹਦੇ ਲਈ ਤੁਹਾਨੂੰ ਹੁਣ ਜੇ ਤੁਸੀਂ 2-3 ਲਾਈਨਾਂ ਦੇ ਵਿੱਚ ਕੋਈ ਚਲੋ ਹੱਲ ਤਾਂ ਨਹੀਂ ਦਿੱਤਾ ਜਾ ਸਕਦਾ ਲੋਕ ਤੁਹਾਨੂੰ ਮਿਲ ਸਕਦੇ ਆ ਬਾਅਦ ਦੇ ਵਿੱਚ ਆ ਕੇ ਜਿਨ੍ਹਾਂ ਨੇ ਖੁੱਲਾ ਟਾਈਮ ਲੈਣਾ ਹੋਵੇ ਤਾਂ ਮੈਡਮ ਨਾਲ ਗੱਲ ਕਰ ਸਕਦੇ ਨੇ ਪਰ ਵੈਸੇ ਤੁਹਾਨੂੰ ਕੀ ਲੱਗਦਾ ਜਿਹੜੇ ਦਰਸ਼ਕ ਦੇਖ ਰਹੇ ਨੇ ਵੀ ਉਹਨਾਂ ਨੂੰ ਦੱਸਣਾ ਚਾਹੀਏ ਕਿ ਬੱਚਿਆਂ ਦੇ ਨਾਲ ਮਾਪਿਆਂ ਦਾ ਬਿਹੇਵੀਅਰ ਜਾਂ ਅਧਿਆਪਕਾਂ ਦਾ ਬਿਹੇਵੀਅਰ ਉਹ ਕਿਵੇਂ ਹੋਣਾ ਚਾਹੀਦਾ ਜੀ ਦੇਖਿਓ ਪਹਿਲੀ ਗੱਲ ਆਉਂਦੀ ਹੈ ਕਿ ਕੀ ਮੈਂ ਆਪਣੇ ਕੰਟਰੋਲ 'ਚ ਹੈਗਾ ਹਾਂ ਜਾਂ ਮੈਂ ਆਪਣੇ ਕੰਟਰੋਲ 'ਚ ਹੈਗੀ ਹਾਂ ਹਾਂ ਜਿਹੜੀ ਜਿੰਨਾ ਵੀ ਅਸੀਂ ਗਾ ਸਟੱਡੀ ਦਾ ਲੈਵਲ ਦੇਖਿਆ ਜਾਏ ਜਾਂ ਕੋਈ ਵੀ ਅਸੀਂ ਸਕੂਲ ਦੀ ਡਿਸਪਲਿਨ ਦੀ ਗੱਲ ਕੀਤੀ ਜਾਏ ਤੇ ਉਹ ਇੱਕ ਤੁਹਾਨੂੰ ਇੱਕ ਫਰੇਮ ਚ ਪਾਉਣ ਵਾਲੀ ਕੋਸ਼ਿਸ਼ ਸੀਗੀ ਤੁਸੀਂ ਸਾਰੀ ਉਮਰ ਇਹ ਚੀਜ਼ ਸਿੱਖੋ ਤੇ ਉਹੀ ਇੰਪਲੀਮੈਂਟ ਕਰੋ ਬਟ ਉਹ ਕੀ ਹੋ ਗਿਆ ਉਹ ਬੋਝ ਹੋ ਗਿਆ ਜੀ ਉਹ ਕਿਉਂ ਇਦਾਂ ਦਾ ਡਿਜ਼ਾਈਨ ਕਰਤਾ ਗਿਆ ਕਿ ਉਹ ਬੱਚਿਆਂ ਉਤੇ ਬੋਝ ਬਣ ਗਿਆ ਹੋਮਵਰਕ ਕੰਪਲੀਟ ਕਰਨਾ बार-बार ਰੈਪੀਟ ਅਸੀਂ ਕੁਝ ਚੀਜ਼ਾਂ ਨੂੰ ਅਡਾਪਟ ਕੀਤਾ ਸੀ ਤਾਂ ਕਿ ਉਹ ਆਪਣੀ ਲਾਈਫ ਵਿੱਚ ਉਹ ਸਕਿਲਸ ਨੂੰ ਯੂਜ਼ ਕਰ ਸਕਣ 10ਵੀਂ ਦੀ ਪੜਾਈ ਮੈਨੂੰ ਲੱਗਦਾ ਨਹੀਂ ਕਿਸੇ ਨੇ ਅੱਜ ਤੱਕ ਅੱਗੇ ਜਾ ਕੇ ਕਿਤੇ ਯੂਜ਼ ਕੀਤੀ ਹੋਵੇਗੀ ਜੀ ट्रिगोनोमेट्री ਨਹੀਂ ਯੂਜ਼ ਕੀਤੀ ਹੋਈ ਫਿਰ ਫੇ ਵੀ ਕਰਵਾਈ ਜਾਂਦੇ ਸੀ ਕਿ ਔਖਾ ਚੀਜ਼ ਆਊਗੀ ਤੇ ਤੁਸੀਂ ਉਹਨੂੰ ਰਿਪੀਟ ਕਰ ਕਰਕੇ ਉਹਨੂੰ ਠੀਕ ਕਰਨਾ ਬਟ ਹੁਣ ਕੀ ਆ ਗਿਆ ਹੁਣ ਕੰਪੀਟੀਸ਼ਨ ਆ ਗਿਆ ਕਿ ਹਰ ਕੋਈ 99% ਹੋਣਾ ਚਾਹੀਦਾ 100% ਹੈ ਮੇਰੇ ਬੱਚੇ ਦੇ ਇੱਕ ਨੰਬਰ ਘਟਾ ਆ ਗਿਆ ਤੇ ਬੱਚੇ ਦਾ ਗੁੱਸਾ ਸ਼ੁਰੂ ਹੋ ਜਾਂਦਾ ਬੱਚੇ ਨੂੰ ਇਹ ਸਮਝ ਨਹੀਂ ਆਉਂਦਾ ਕਿ ਹੁਣ ਮੈਂ ਇਹਨੂੰ ਕਿੱਦਾਂ ਡੀਲ ਕਰਾਂ ਜੀ ਕਿਉਂਕਿ ਐਕਸਪੈਕਟੇਸ਼ਨਸ ਬਹੁਤ ਵਧ ਗਈਆਂ ਜੀ ਇਹਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਆਪਣੀ ਗਲਤ ਨਾ ਕਹਿ ਕੇ ਆਪਣਾ ਕਿਉਂਕਿ ਸਾਡੇ ਬੋਡੀ ਦੇ ਵਿੱਚ ਅਡੋਸ ਕਰਕੇ ਕਾਫੀ ਹਾਰਮੋਨਸ ਹੁੰਦੇ ਹੈਗੇ ਪੰਜ ਤਰ੍ਹਾਂ ਦੇ ਹਾਰਮੋਨਸ ਹੁੰਦੇ ਹੈ ਜਿੱਚੋ ਸੈਰੋਟੋਨਿਨ ਐਕਟੀਵੇਟ ਹੋ ਜਾਂਦਾ ਜਿਹੜਾ ਉਦਾਸੀ ਵਾਲਾ ਅਸੀਂ ਕਹਿ ਸਕਦੇ ਹਾਂ ਹਾਰਮੋਨ ਹੁੰਦਾ ਹੈ ਜੇ ਹੈਪੀ ਹਾਰਮੋਨ ਰਿਲੀਜ਼ ਹੋਣੇ ਬੰਦ ਹੋ ਜਾਂਨ ਤੇ ਉਹਦੇ ਵਿੱਚ ਬੰਦਾ ਕੀ ਕਰਦਾ ਆਪਣੇ ਆਪ ਨੂੰ ਸ਼ਿਫਟ ਕਰਦਾ ਹੈ ਉਸ ਚੀਜ਼ਾਂ ਦੇ ਉੱਤੇ ਆਰਟੀਫੀਸ਼ੀਅਲ ਚੀਜ਼ਾਂ ਤੇ ਕੈਮੀਕਲ ਤੇ ਜਿੱਥੇ ਤੇ ਉਹਨੂੰ ਹੈਪੀਨੈਸ ਮਿਲਣੀ ਸ਼ੁਰੂ ਹੋ ਜਾਂਦੀ ਹੈ ਕੁਝ ਬੱਚੇ ਓਵਰអ៊ីਟਿੰਗ ਸ਼ੁਰੂ ਕਰ ਦਿੰਦੇ ਹੈ ਤੇ ਉਹ ਓਬੀਸ ਹੋ ਜਾਂਦੇ ਆ ਉਹ ਹਾਂ ਕਿਉਂਕਿ ਇਹ ਜਿਹੜਾ ਜਿਹੜਾ ਹੈਪੀ ਹਾਰਮੋਨ ਦਾ ਖਾਣ ਨਾਲ ਵੀ ਬਜਾੜਾ ਖਾਣ ਨਾਲ ਵੀ ਬੱਚੇ ਅੱਜਕੱਲ ਕਿੰਨਾ 버ਗਰ ਜਾਂ ਪੀਜ਼ਾ ਖਾਂਦੇ ਆ ਪੇਰੈਂਟਸ ਉਹਨਾਂ ਸਾਨੇ ਪੀਜ਼ਾ ਆ ਜਾਏ ਉਹ ਸਭ ਕੁਝ ਪਾਸੇ ਕਰ ਦਿੰਦੇ ਆ ਚੰਗੀਆਂ ਚੀਜ਼ਾਂ ਨਾਲ ਸਾਰੀ ਸਾਈਡ ਤੇ ਫਰੂਟ ਸਾਈਡ ਤੇ ਤੇ ਪੀਜ਼ਾ ਖਾਂਦੇ ਆ ਬਿਕੋਜ਼ ਉਹਨਾਂ ਨੂੰ ਜਿਹੜੀ ਕ੍ਰੇਵਿੰਗ ਹੋ ਰਹੀ ਆ ਉਹ ਹਾਰਮੋਨ ਰਿਲੀਜ਼ ਹੋਣ ਨਾਲ ਹੋ ਰਹੀ ਆ ਜੀ ਸਾਨੂੰ ਇਹ ਸਮਝਣਾ ਪਏਗਾ ਕਿ ਪਹਿਲਾਂ ਦੇ ਟਾਈਮ ਤੇ ਬੱਚੇ ਇੰਨੇ ਮੋਟੇ ਨਹੀਂ ਸੀਗੇ ਪਰ ਹੁਣ ਹੈਗੇ ਆ ਜੀ ਤੇ ਇਹ ਕਿਤੇ ਨਾ ਕਿਤੇ ਜਾ ਕੇ ਇਹ ਜਿਹੜਾ ਫੈਟ ਲੈਵਲ ਹੈ ਬਾਡੀ ਦੇ ਵਿੱਚ ਵੱਧ ਰਿਹਾ ਇਹ ਡਿਪਰੈਸ਼ਨ ਦਾ ਰੀਜ਼ਨ ਹੋ ਸਕਦਾ ਇਹਦਾ ਸਿੱਧਾ ਸਿੱਧਾ ਲਿੰਕ ਜਿਹੜਾ ਹੈ ਉਹ ਟ੍ਰਾਈਗਲਾਈਸਰਾਈਡ ਦੇ ਨਾਲ ਆ ਜੀ ਤੁਸੀਂ ਸਾਨੂੰ ਇਹ ਚੀਜ਼ਾਂ ਨੂੰ ਸਮਝਣਾ ਪਏਗਾ ਕਿ ਲਾਈਫ ਸਟਾਈਲ ਜਿਹੜਾ ਹੈ ਜਿਹੜਾ ਅਸੀਂ ਸਟਾਰਟ ਕੀਤਾ ਜਿਹੜਾ ਅਸੀਂ ਪ੍ਰੈਸ਼ਰ ਕ੍ਰੀਏਟ ਕਰ ਰਹੇ ਹਾਂ ਉਹਦਾ ਇੰਪੈਕਟ ਆਉਣ ਵਾਲੇ ਸਿਹਤ ਦੇ ਉੱਤੇ ਪਏਗਾ ਜੀ ਇਹਨੇ ਕਾਮਯਾਬ ਐਕਟਰਸ ਮੈਂ ਦੇਖ ਰਹੀ ਹਾਂ ਕਿ ਉਹ ਸੁਸਾਇਡ ਚ ਚਲੇ ਜਾਂਦੇ